ਕੁੜੀ ਨੇ ਕਿਸੇ ਤੋਂ ਪੈਸੇ ਲੈਣੇ ਸੀ ਅਤੇ ਪਿੰਡ ਦਾ ਸਰਪੰਚ ਇਸ ਰੋੜੇ ਦੇ ਵਿੱਚ ਪੈ ਗਿਆ। ਸਰਪੰਚ ਨੇ ਕੁੜੀ ਘਰ ਬੁਲਾਈ ਅਤੇ ਪਿਸਤੌਲ ਕੱਢ ਕੇ ਕੁੜੀ ਦੇ ਨਾਲ ਲੰਮੇ ਪੈ ਗਿਆ। ਰੋਂਦੀ ਕੁਰਲਾਉਂਦੀ ਕੁੜੀ ਥਾਣੇ ਪਹੁੰਚੀ ਅਤੇ ਅੱਜ ਉਸਦਾ ਮੈਡੀਕਲ ਵੀ ਕਰਵਾ ਲਿਆ ਗਿਆ। ਇਹ ਬਲਾਤਕਾਰੀ ਕਾਂਗਰਸ ਪਾਰਟੀ ਦਾ ਮੌਜੂਦਾ ਸਰਪੰਚ ਹੈ। ਮੇਰੇ ਨਾਲ ਕੁਲਬੀਰ ਸਿੰਘ ਜਿਹੜਾ ਸਰਪੰਚ ਹੈ ਨਾ, ਇੱਧਰ ਤੋਂ ਮੈਂ ਇਹ ਚੋਟ ਸਿੱਧਵਾਂ ਦਾ ਆ ਅਤੇ ਇਹਨੇ ਮੇਰੇ ਨਾਲ ਗਲਤ ਕੰਮ ਕੀਤਾ। ਪਿਸਤੌਲ ਦੀ ਨੋਕ 'ਤੇ ਮੇਰਾ ਕਿਸੇ ਨਾਲ ਲੈਣ ਦੇਣ ਚੱਲਦਾ ਸੀ ਪੈਸੇ ਦਾ, ਉਹਦੇ ਵਾਸਤੇ ਮੇਰੇ 'ਚ ਮਦਦ ਲੈਣ ਗਈ ਸੀ, ਇਹਨੇ ਮੇਰੇ ਨਾਲ ਪਿਸਤੌਲ ਦੀ ਨੋਕ 'ਤੇ ਗਲਤ ਕੰਮ ਕੀਤਾ। ਇਹ ਕੱਲ੍ਹ ਦੀ ਗੱਲ, ਮਤਲਬ ਮੇਰਾ ਸ਼ੇਰ ਸਿੰਘ ਫੌਜੀ ਜਿਹੜਾ ਨਾ, ਉਹਦੇ ਨਾਲ ਲੈਣ ਦੇਣ ਸੀ ਉੱਥੇ, ਉਹ ਤੁੰਗਾ ਦਾ ਉਹ ਥਰਡ ਪਰਸਨ ਆ, ਅਤੇ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਕੋਈ ਨਹੀਂ ਕੋਈ ਵੀ ਲੈਣ ਦੇਣ ਜਿਹੜਾ ਵਾ ਤੁਹਾਡਾ ਸਹੀ ਕਰ ਦਾਂਗਾ, ਅੱਜ ਮੇਰਾ ਟਾਈਮ ਸੀ ਅਤੇ ਮੈਂ ਉਹਨੂੰ ਕਹਿਣ ਵਾਸਤੇ, ਇਸ ਕਰਕੇ ਇਹਨੇ ਮੇਰਾ ਨਜਾਇਜ਼ ਫਾਇਦਾ ਉਠਾਇਆ, ਪਿਸਤੌਲ ਦੀ ਨੋਕ 'ਤੇ ਮੇਰੇ ਨਾਲ ਗਲਤ ਕੰਮ ਕੀਤਾ। ਕੁਲਬੀਰ ਸਿੰਘ ਸਰਪੰਚ ਹੈ, ਹਾਂਜੀ, ਨਹੀਂ ਨਹੀਂ ਸਰਪੰਚ ਹੈ ਪਿੰਡ ਦਾ। ਚਾਹੁੰਦੀ ਹਾਂ ਮੈਨੂੰ ਇਨਸਾਫ ਦਿੱਤਾ ਜਾਏ, ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏ। ਲੜਕੀ ਇੱਕ ਤਾਂ ਉਹਨਾਂ ਦਾ ਪੈਸਿਆਂ ਦਾ ਲੈਂਦੇ ਨਹੀਂ ਏਜੰਟ ਨਾਲ, ਅਤੇ ਉਹ ਗਾਂ ਜਿਹੜਾ ਕੋਈ ਸਰਪੰਚ ਸੀ ਉਹਦਾ ਉਹਨੂੰ ਵਾਕਫ ਸੀ, ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ, ਅਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ। ਕਹਿੰਦੇ ਆ ਪਿਸਤੌਲ ਦੀ ਲੋਕ, ਅਤੇ ਲੜਕੀ ਦੇ ਬਿਆਨ ਨਹੀਂ ਪਿਸਤੌਲ ਦੀ ਲੋਕ। ਮਾਮਲਾ ਐਫ ਆਈ ਆਰ ਦਰਜ ਹੋ ਗਈ, ਮੈਡੀਕਲ ਹੋ ਗਿਆ, ਹੁਣ 164 ਦੇ ਬਿਆਨ ਕਰਾਉਣ 'ਚ ਹਾਂ ਹੋਵੇਗਾ। ਹਾਂਜੀ, ਅਤੇ ਲੜਕੀ ਨੂੰ ਬੁਲਾਇਆ ਉਹਨੇ ਆਪਣੇ ਪਿੰਡ ਦੀ ਗਈ, ਅਤੇ ਉਹਦੇ ਨਾਲ ਗਲਤ ਹਰਕਤ ਕੀਤੀ, ਐਫ ਆਈ ਆਰ ਦਰਜ ਹੋ ਗਈ। ਮਸਲਾ ਪੈਸਿਆਂ ਦਾ ਲੈਂਦੇ ਨਹੀਂ, ਅਤੇ ਉਹ ਕਹਿੰਦੇ ਕੋਈ ਨਹੀਂ ਤੁਸੀਂ ਆਇਓ, ਅੱਗੇ ਵੀ ਜਾਂਦੇ ਆਉਂਦੇ ਸੀ ਵੀ ਆਓ ਮੇਰੇ ਕੋਲ ਅਤੇ ਮੈਂ ਤੁਹਾਡੇ ਪੈਸੇ ਦਵਾ ਦਿੰਦਾ। ਕੋਈ ਦੁਕਾਨ ਹੈ ਉਹਦੇ ਘਰ ਪਿੱਛੇ ਘਰ, ਉੱਥੇ ਉਹਨੇ ਬੁਲਾਇਆ ਸੀ, ਅਤੇ ਉਹਦੇ ਨਾਲ ਗਲਤ ਹਰਕਤ ਕੀਤੀ। ਬਸ ਸਰ, ਲੜਕੀ ਦੇ ਬਿਆਨਾਂ 'ਤੇ ਯਾਰ ਐਫ ਆਈ ਆਰ ਦਰਜ ਹੋ ਗਈ ਆ, ਅਤੇ ਸਰਪੰਚ ਅਰੈਸਟ ਕਰ ਲਿਆ, ਅਗਲੀ ਜੋ ਬਣਦੀ ਕਾਰਵਾਈ ਕੀਤੀ ਜਾਏਗੀ।